ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ। ਮੇਰੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਜੀ ਮੈਂ ਨਵਾਂ ਚੈਨਲ ਸ਼ੁਰੂ ਕੀਤਾ ਹੈ ਜੀ। ਮੇਰੇ ਭੂਆ ਦੇ ਮੁੰਡੇ ਦਾ ਵੀ ਚੈਨਲ ਸਬਸਕ੍ਰਾਈਬ ਕਰਿਓ, ਹੁਸਨ ਸ਼ੋ। ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਅਤੇ ਅੱਜ ਜੀ ਆਪਣੇ ਭੂਆ ਹੋਏ ਆਏ ਹੋਏ ਨੇਗੇ ਜੀ, ਅਤੇ ਇੱਧਰ ਆਪਣੇ ਸਾਰੇ ਰਾਹਦਾਰੀ 'ਚ ਬੈਠੇ ਹੋਏ ਨੇ, ਅਤੇ ਇੱਧਰ ਹੁਸਨ ਆਪਦੀ ਗੱਡੀ 'ਚ, ਹੁਸਨ ਸ਼ੋ ਵਾਲਾ ਉੱਧਰ ਗੱਡੀ, ਮੀਂਹ ਬਹੁਤ ਪੈ ਰਿਹਾ ਜੀ, ਨਾਲੇ ਉਹ ਕੱਪੜੇ ਧਰ ਕੇ ਆਉਣ ਡਿਆ ਜੀ। ਅਤੇ ਇੱਧਰ ਜੀ ਆਪਣੀ ਭੂਆ ਗੱਲਾਂ ਕਰਨ ਲੱਗਿਆ ਜੀ ਮੇਰੀ ਆਂਟੀ ਨਾਲ। ਦੇਖੋ ਜੀ, ਇੱਧਰ ਅਸੀਂ ਨੇ ਮੋਗਾ ਕੱਢ ਰੱਖਿਆ ਜੀ ਨਿੱਕਾ ਜਿਹਾ, ਇੱਧਰ ਮੂੰਹ ਦਿਖ ਜਾਂਦਾ ਜੀ ਵਧੀਆ। ਅਤੇ ਇੱਧਰ ਜੀ ਹੁਣ ਇਹ ਕਰ ਰਹੇ ਨੇ ਜਾਣ ਦੀ ਤਿਆਰੀ, ਅਤੇ ਸਾਰੇ ਇਹ ਉੱਠ ਖੜ੍ਹੇ ਨੇਗੇ। ਦੇਖੋ ਜੀ, ਅਤੇ ਵਾਰ ਜੀ ਹੁਣ ਨਿੱਕੀ ਨਿੱਕੀ ਕਣੀਆਂ ਹਲੇ ਵੀ ਡਿੱਗੀਆਂ ਜਾਣ ਡਿਆ ਸੀਗੀਆਂ ਜੀ। ਅਤੇ ਮੇਰੀ ਬੀਬੀ ਅਤੇ ਮੇਰੀ ਭੂਆ ਜੀ ਜੱਫੀ ਪਾਉਣ ਡਏ ਆ। ਹੁਣ ਜੀ ਮੇਰੇ ਹੱਥ 'ਚ ਬੈਗ ਆ ਜੀ, ਆਸੇ ਜੀ ਮੇਰੀ ਭੂਆ। ਜਾਵਾਂ ਬੈਗ ਜੀ ਹੁਸਨ ਨੂੰ ਫੜਾਤਾ ਸੀਗਾ ਜੀ। ਇੱਧਰ ਜੀ ਦੇਖੋ, ਆ ਜੀ ਆਪਣਾ ਸਾਰਾ ਘਰ ਜੀ। ਜੀ ਸਰ, ਅਸੀਂ ਦੋ ਘਰ ਆ ਗਏ ਜੀ, ਇੱਕ ਘਰ ਗੇਟ ਬਣਾਇਆ ਹੋਇਆ ਗਾ, ਦੋ ਘਰ ਆ ਜੀ ਸਾਡੇ ਉਰੇ ਕੱਚ ਉਰੇ ਜੀ। ਪੈਸੇ ਦੇ ਰਹੇ ਨੇ, ਲੜੀ ਜਾਣ ਡੇ ਜਾਂਦੇ ਨੇਗੇ ਜੀ। ਦੇਖੋ ਜੀ, ਇੱਧਰ ਜੀ ਹੁਣ ਜਾਣ ਡਏ ਨੇ ਜੀ ਮੇਰੇ ਦੂਜੇ ਘਰ, ਮੇਰੇ ਉਹ ਦੇਖੋ ਜੀ, ਸਾਡੇ ਦੋ ਘਰ ਨੇ ਜੀ। ਦੇਖੋ, ਅਤੇ ਇੱਧਰ ਜੋ ਵੀ ਨਿਕਲਿਆ ਜੀ, ਜੀ ਹੁਣ ਇਹ ਉੱਧਰੋਂ ਵੀ ਨਿਕਲੇ ਨੇ। ਦੇਖੋ ਜੀ, ਜੱਫੀਆਂ ਪਾ ਰਹੇ ਨੇ ਜੀ ਦੋਨੇ ਜਾਣੇ। ਜੀ ਬਾਹਰ ਵਿਹੜਾ ਵੀ ਗਿੱਲਾ ਹੋਇਆ ਪਿਆ ਗਾ, ਮੀਂਹ ਜੀ ਕੱਲ੍ਹ ਵੀ ਆਇਆ ਸੀ, ਅੱਜ ਵੀ ਦੋ ਤਿੰਨ ਦਿਨਾਂ ਦਾ ਪੈ ਰਿਹਾ ਜੀ ਮੀਂਹ ਉਰੇ, ਥੋੜ੍ਹਾ ਥੋੜ੍ਹਾ ਆਉਂਦਾ ਜੀ ਮੀਂਹ ਰੋਜ਼। ਅਤੇ ਪੁੱਪੜ ਜੀ ਨੇ ਗੱਡੀ ਕੱਢ ਲਈ ਆ ਜੀ, ਅਤੇ ਹੁਣ ਸਾਰੇ ਜਾ ਰਹੇ ਨੇ ਜੀ ਮੇਰੀ ਭੂਆ ਹੋਰ ਜੀ। ਜੀ ਹੁਸਨ ਗੇਟ ਖੋਲ ਰਿਹਾ ਹੈ ਕਿਆ, ਦੇਖੋ ਜੀ ਕਿਆ ਹੁਸਨ ਆ ਗਿਆ ਜੀ। ਜੀ ਹੁਸਨ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ, ਸ਼ੇਅਰ ਕਰੋ, ਲਾਈਕ ਕਰਿਓ। ਮੇਰੇ ਚੈਨਲ ਵੀ ਸ਼ੇਅਰ, ਲਾਈਕ ਅਤੇ ਕਮੈਂਟ ਜ਼ਰੂਰ ਕਰਕੇ ਸਬਸਕ੍ਰਾਈਬ ਵੀ ਕਰਿਓ। ਜੀ ਹੁਣ ਇਹਨਾਂ ਨੇ ਟਾਕੀਆਂ ਕਰ ਲਿਆ ਬੰਦ, ਕਿ ਹੁਣ ਜੀ ਇਹ ਜਾ ਰਹੇ ਨੇ। ਦੇਖੋ ਜੀ, ਹਾਂਜੀ ਇਹ ਤੋਰ ਲਈ ਜੀ ਇਹਨਾਂ ਨੇ ਗੱਡੀ ਜੀ, ਇਹਨਾਂ ਦਾ ਪਿੰਡ ਤੋਂ ਗਾਲ ਹੈਗਾ ਜੀ। ਅਤੇ ਆ ਜੀ ਮੇਰੀ ਆਂਟੀ, ਅਤੇ ਇੱਥੇ ਮੈਂ ਬਾਏ ਬਾਏ।